ਤਾਂ ਤਾਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਛਾਟਾ ਸਾਹਿਬ ਦੇ ਇਲਾਕੇ ਵਿੱਚ ਵਿਚਰ ਰਹੇ ਹਨ ਸਨ ਕਿ ਉਹਨਾਂ ਨੂੰ ਖਬਰ ਮਿਲੀ ਕਿ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਉਹਨਾਂ ਨੇ અવਤਾਰ ਧਾਰਿਆ ਹੈ ਇਲਾਕੇ ਦੀਆਂ ਸੰਗਤਾਂ ਵੀ ਮਹਾਰਾਜ ਦੇ ਚਰਨਾਂ ਵਿੱਚ ਆ ਜੁੜੀਆਂ ਅਤੇ ਮਹਾਰਾਜ ਨੂੰ ਬੇਨਤੀ ਕੀਤੀ ਕਿ ਸੱਚੇ ਪਾਸ਼ਾ ਇੱਥੇ ਪਾਣੀ ਦੀ ਬੜੀ ਕਮੀ ਹੈ ਕਿਰਪਾ ਕਰੋ ਬਖਸ਼ਿਸ਼ ਕਰੋ ਅਤੇ ਇੱਥੇ ਜਿਹੜੀ ਪਾਣੀ ਦੀ ਕਮੀ ਹੈ ਉਹ ਪੂਰੀ ਹੋ ਜਾਵੇ ਤਾਂ 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 ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉੱਥੇ ਛਾਟਾ ਸਾਹਿਬ ਖੂਲਵਾਇਆ ਛੇ ਹਟਾਂ ਵਾਲਾ ਖੂਲਵਾਇਆ ਅਤੇ ਉਸ ਦੇ ਉੱਤੇ ਛੇ ਮਹਲਾ ਟਿੰਡਾਂ ਵਾਲੀਆਂ ਚਲਾਈਆਂ ਉਹਨਾਂ ਹਟਾਂ ਛੇ ਹਟਾਂ ਦੇ ਕਾਰਨ ਉੱਥੋਂ ਦੇ ਇਲਾਕੇ ਦਾ ਨਾਂ ਛਾਟਾ ਸਾਹਿਬ ਪੈ ਗਿਆ ਅਤੇ ਉਥੋਂ ਸਾਰੇ ਲੋਕੀ ਸਾਂਝੇ ਤੌਰ ਤੇ ਪਾਣੀ ਭਰਦੇ ਸਨ ਤਾਂ ਗੁਰੂ ਸਾਹਿਬ ਨੇ ਉਸ ਖੂਹ ਨੂੰ ਵਰ ਦਿੱਤਾ ਕਿ ਜੋ ਵੀ ਪੁੱਤਰ ਦੀ ਪ੍ਰਾਪਤੀ ਲਈ ਇਸ ਖੂਹ ਵਿੱਚ ਇਸ਼ਨਾਨ ਕਰੇਗਾ ਉਸ ਨੂੰ ਉਸ ਦੀ ਜਿਹੜਾ ਉਸ ਨੂੰ ਹੈ ਪੁੱਤਰ ਦੀ ਪ੍ਰਾਪਤੀ ਹੋ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ